ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਹਿਰ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਦਸੰਬਰ ਮੰਥ ਦੇ ਕਰੰਟ ਅਫੇਅਰ, ਜਿਸ ਦੇ ਵਿੱਚ 26 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦੀਆਂ ਜਿੰਨੀਆਂ ਵੀ ਨਿਊਜ਼ ਹੋਣਗੀਆਂ ਉਹਨਾਂ ਨੂੰ ਵਨ ਲਾਈਨਰ ਦੇ ਵਿੱਚ ਕਨਵਰਟ ਕਰਕੇ ਡਿਸਕਸ ਕਰਾਂਗੇ। ਇਹ ਵੀਡੀਓ ਡਿਊਲ ਲੈਂਗੁਏਜ ਦੇ ਵਿੱਚ ਹੋਏਗੀ, ਜਿਸ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਨੂੰ ਆਪਾਂ ਯੂਜ਼ ਕਰਾਂਗੇ। ਤੋ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ। ਤੋ ਪਹਿਲਾ ਕੁਐਸਚਨ ਹੈ ਆਪਣੇ ਕੋਲ, ਰੀਸੈਂਟਲੀ ਗੁਜਰਾਤ ਚੀਫ ਮਿਨਿਸਟਰ ਭੁਪਿੰਦਰ ਪਟੇਲ ਹੈਜ਼ ਇਨੋਗੁਰੇਟਡ ਦਾ 20th ਨਿਊਰੋ ਅਪਡੇਟ 2023 ਕਾਨਫਰੰਸ। ਹਾਲ ਹੀ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ 20ਵੀਂ ਨਿਊਰੋ ਅਪਡੇਟ 2023 ਕਾਨਫਰੰਸ ਦਾ ਉਦਘਾਟਨ ਕੀਤਾ ਹੈ। ਰੀਸੈਂਟਲੀ ਦਾ ਇੰਟਰਨੈਸ਼ਨਲ ਆਰਗਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਹੈਜ਼ ਲਾਂਚ ਪ੍ਰੋਜੈਕਟ ਪ੍ਰਵਾਸ ਫੋਰ ਓਰਡਰਲੀ ਐਂਡ ਸੇਫ ਮਾਈਗ੍ਰੇਸ਼ਨ ਆਫ ਇੰਡੀਅਨ ਸਟੂਡੈਂਟ ਐਂਡ ਵਰਕਰ ਅਬਰੋਡ। ਹਾਲ ਹੀ ਵਿੱਚ ਇੰਟਰਨੈਸ਼ਨਲ ਆਰਗਨਾਈਜੇਸ਼ਨ ਫੋਰ ਮਾਈਗ੍ਰੇਸ਼ਨ ਨੇ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਕ੍ਰਮਬੰਧ ਅਤੇ ਸੁਰੱਖਿਅਤ ਪ੍ਰਵਾਸ ਲਈ ਪ੍ਰੋਜੈਕਟ ਪ੍ਰਯਾਸ ਲਾਂਚ ਕੀਤਾ ਹੈ। ਰੀਸੈਂਟਲੀ ਜੈਵਲਿਨ ਥਰੋਅਰ ਸੁਮਿਤ ਅੰਤਿਲ ਹੈਜ਼ ਰਿਸੀਵ ਦਾ ਟਾਈਟਲ ਆਫ ਬੈਸਟ ਮੇਲ ਅਥਲੀਟ ਇਨ ਦਾ ਫਸਟ ਡਿਸੇਬਲਡ ਸਪੋਰਟਸ ਅਵਾਰਡ 2023। ਹਾਲ ਹੀ ਵਿੱਚ ਜੈਵਲਿਨ ਥਰੋਅਰ ਸੁਮਿਤ ਅੰਤਿਲ ਨੂੰ ਪਹਿਲੇ ਡਿਸਏਬਲਡ ਸਪੋਰਟਸ ਅਵਾਰਡ 2023 ਵਿੱਚ ਸਰਵੋਤਮ ਪੁਰਸ਼ ਅਥਲੀਟ ਦਾ ਖਿਤਾਬ ਮਿਲਿਆ ਹੈ। ਰੀਸੈਂਟਲੀ ਐਕਟਰ ਕਾਰਤਿਕ ਆਰੀਅਨ ਹੈਜ਼ ਬੀਨ ਅਪੁਆਇੰਟਡ ਬਾਈ ਸੋਨੀ ਸਪੋਰਟਸ ਨੈਟਵਰਕ ਐਜ ਇਟਸ ਫੁੱਟਬਾਲ ਬ੍ਰੈਂਡ ਅੰਬੈਸਡਰ। ਹਾਲ ਹੀ 'ਚ ਅਦਾਕਾਰ ਕਾਰਤਿਕ ਆਰੀਅਨਸ ਨੂੰ ਸੋਨੀ ਸਪੋਰਟਸ ਨੈਟਵਰਕ ਨੇ ਆਪਣਾ ਫੁੱਟਬਾਲ ਬ੍ਰੈਂਡ ਅੰਬੈਸਡਰ ਨਿਯੁਕਤ ਕੀਤਾ ਹੈ। ਰੀਸੈਂਟਲੀ ਨਿਊ ਦਿੱਲੀ ਹੈਜ਼ ਔਰਗਨਾਈਜ਼ਡ ਦਾ 3rd ਅਟਲ ਗੌਰਵ ਸਨਮਾਨ ਸਮਾਰੋਹ 2023। ਹਾਲ ਹੀ ਵਿੱਚ ਨਵੀਂ ਦਿੱਲੀ ਨੇ 3rd ਅਟਲ ਗੌਰਵ ਸਨਮਾਨ ਸਮਾਗਮ 2023 ਦਾ ਆਯੋਜਨ ਕੀਤਾ ਹੈ। ਰੀਸੈਂਟਲੀ 13th ਐਡੀਸ਼ਨ ਆਫ ਜਲੌਸ਼ 2023 ਫੋਰ ਡਿਸਏਬਲਡ ਚਿਲਡਰਨ ਵਾਜ਼ ਕੰਕਲੂਡਡ ਇਨ ਪੁਣੇ। ਹਾਲ ਹੀ ਵਿੱਚ ਅਪਾਹਜ ਬੱਚਿਆਂ ਲਈ ਜਲੌਸ਼ 2023 ਦਾ 13th ਐਡੀਸ਼ਨ ਪੁਣੇ ਵਿੱਚ ਸਮਾਪਤ ਹੋਇਆ ਹੈ। ਰੀਸੈਂਟਲੀ ਗੁੱਡ ਗਵਰਨੈਂਸ ਡੇ ਹੈਜ਼ ਬੀਨ ਸੈਲੀਬ੍ਰੇਟਡ ਔਨ 25 ਦਸੰਬਰ। ਹਾਲ ਹੀ ਵਿੱਚ 25 ਦਸੰਬਰ ਨੂੰ ਗੁੱਡ ਗਵਰਨੈਂਸ ਡੇ ਮਨਾਇਆ ਗਿਆ ਹੈ। ਰੀਸੈਂਟਲੀ ਪ੍ਰੋਫੈਸਰ ਵਾਸਨੀ ਲਾਰੇਡਸ ਹੈਜ਼ ਵੌਨ UAE's ਗ੍ਰੇਟ ਅਰਬ ਮਾਈਂਡਸ ਅਵਾਰਡ ਇਨ ਦਾ ਫੀਲਡ ਆਫ ਲਿਟਰੇਚਰ ਐਂਡ ਆਰਟਸ। ਹਾਲ ਹੀ ਵਿੱਚ ਪ੍ਰੋਫੈਸਰ ਵਾਸਨੀ ਲਾਰੇਡਸ ਨੇ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ UAE ਦਾ ਗ੍ਰੇਟ ਅਰਬ ਮਾਈਂਡਸ ਅਵਾਰਡ ਜਿੱਤਿਆ ਹੈ। ਰੀਸੈਂਟਲੀ ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਿਆ ਹੈਜ਼ ਵੌਨ ਦਾ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ। ਹਾਲ ਹੀ ਵਿੱਚ ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਿਆ ਨੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਜਿੱਤੀ ਹੈ। ਰੀਸੈਂਟਲੀ ਯੂਨੀਅਨ ਮਿਨਿਸਟਰ ਪਿਊਸ਼ ਗੋਇਲ ਹੈਜ਼ ਇਨੋਗੁਰੇਟਡ ਈ ਜਾਗਰੂਕਤੀ ਪੋਰਟਲ ਐਂਡ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ 2.0। ਹਾਲ ਹੀ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਈ ਜਾਗਰੂਕਤੀ ਪੋਰਟਲ ਅਤੇ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ 2.0 ਦਾ ਉਦਘਾਟਨ ਕੀਤਾ ਹੈ। ਰੀਸੈਂਟਲੀ ਯੂਨੀਅਨ ਮਿਨਿਸਟਰ ਭੁਪਿੰਦਰ ਪਟੇਲ ਹੈਜ਼ ਲਾਂਚ ਗੁਜਰਾਤ ਲਿਟਰੇਚਰ ਫੈਸਟੀਵਲ 2023। ਹਾਲ ਹੀ ਵਿੱਚ ਕੇਂਦਰੀ ਮੰਤਰੀ ਭੁਪਿੰਦਰ ਪਟੇਲ ਨੇ ਗੁਜਰਾਤ ਲਿਟਰੇਚਰ ਫੈਸਟੀਵਲ 2023 ਦੀ ਸ਼ੁਰੂਆਤ ਕੀਤੀ ਹੈ। ਰੀਸੈਂਟਲੀ ਵਿੰਟਰ ਕਾਰਨੀਵਲ
2023 has started in Shimla, the capital of Himachal Pradesh. ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਵਿੰਟਰ ਕਾਰਨੀਵਲ 2023 ਸ਼ੁਰੂ ਹੋਇਆ ਹੈ। ਰੀਸੈਂਟਲੀ ਸਾਊਥ ਅਫਰੀਕਾ ਪਲੇਅਰ ਡੀਨ ਐਲਗਰ ਹੈਜ਼ ਅਨਾਊਂਸ ਇਟਸ ਰਿਟਾਇਰਮੈਂਟ ਫਰੋਮ ਇੰਟਰਨੈਸ਼ਨਲ ਕ੍ਰਿਕਟ। ਹਾਲ ਹੀ ਵਿੱਚ ਦੱਖਣੀ ਅਫਰੀਕਾ ਦੇ ਖਿਡਾਰੀ ਡੀਨ ਐਲਗਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰੀਸੈਂਟਲੀ ਫੇਮਸ ਮਨੀਪੁਰੀ ਫਾਈਟਰ ਸੋਰੋ ਚੈਂਬੁਮ ਗੰਭਿਨੀ ਹੈਜ਼ ਬੀਨ ਨੋਮੀਨੇਟਡ ਫਾਰ ਸਾਹਿਤਿਆ ਅਕੈਡਮੀ 2023। ਹਾਲ ਹੀ ਵਿੱਚ ਮਸ਼ਹੂਰ ਮਨੀਪੁਰੀ ਕਵਿਤਰੀ ਸੋਰੋ ਚੈਂਬੁਮ ਗੰਭਿਨੀ ਨੂੰ ਸਾਹਿਤ ਅਕੈਡਮੀ 2023 ਲਈ ਨਾਮਜ਼ਦ ਕੀਤਾ ਗਿਆ ਹੈ। ਰੀਸੈਂਟਲੀ ਵੀਰ ਬਾਲ ਦਿਵਸ ਵਿਲ ਬੀ ਸੈਲੀਬ੍ਰੇਟਡ ਆਲ ਓਵਰ ਇੰਡੀਆ ਔਨ 26 ਦਸੰਬਰ 2023। ਹਾਲ ਹੀ ਵਿੱਚ 26 ਦਸੰਬਰ 2023 ਨੂੰ ਪੂਰੇ ਭਾਰਤ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਵੇਗਾ। ਅਕੋਰਡਿੰਗ ਟੂ ਆ ਰੀਸੈਂਟ ਵਰਲਡ ਬੈਂਕ ਰਿਪੋਰਟ, ਇੰਡੀਆ ਹੈਜ਼ ਟੌਪਡ ਦਾ ਲਿਸਟ ਆਫ ਗਲੋਬਲ ਰੈਮੀਟੈਂਸ। ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਗਲੋਬਲ ਰੈਮੀਟੈਂਸ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। Recently, France has won the title of World Women's Handball Championship 2023. ਹਾਲ ਹੀ ਵਿੱਚ ਫਰਾਂਸ ਨੇ ਵਿਸ਼ਵ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ 2023 ਦਾ ਖਿਤਾਬ ਜਿੱਤਿਆ। ਥੈਂਕ ਯੂ ਫਾਰ ਵਾਚਿੰਗ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।